ਚਾਹੇ ਨਸ਼ਾ ਕਿਸੇ ਵੀ ਰੂਪ ਦਾ ਹੋਵੇ ਉਹਨੂੰ ਨਸ਼ਟ ਕਰਨਾ ਹੁੰਦਾ ਤੇ ਉਹ ਨਸ਼ਟ ਕਰਦੇ ਆ ਜਾਂ ਫਿਰ ਉਹ ਕਿਸੇ ਵੇਚਣ ਦੀ ਲਾ ਦਿੰਦੇ ਆ ਪੁਲਿਸ ਨਹੀਂ ਨਹੀਂ ਕਿੱਥੇ ਨਸ਼ਟ ਹੋਇਆ ਕਦੇ ਆਪਾਂ ਤਾਂ ਅਜ ਤੱਕ ਵੇਖਿਆ ਨਹੀਂ ਮੈਂ 16 ਸਾਲ ਯੂਜ਼ਿੰਗ 'ਚ ਵੀ ਰਹਿ ਚੁੱਕਿਆ ਜੀ ਕੋਈ ਨਸ਼ਟ ਨਸ਼ਟ ਨਹੀਂ ਕਰਦੇ ਸਿਰਫ ਇੱਕ ਇਹਨਾਂ ਨੇ ਬਹਾਨਾ ਬਣਾਇਆ ਆ ਤਾਂ ਸਰਕਾਰ ਨੇ ਹੂੰ ਬਾਕੀ ਜੇ ਸਰਕਾਰ ਚਾਵੇ ਤਾਂ ਕਰ ਸਕਦੀ ਹੈ ਜੀ ਨਸ਼ਾ ਨਸ਼ਾ ਕਿਉਂਕਿ ਜੇ ਜਵਾਨੀ ਪਹਿਲਾਂ ਜਵਾਨੀ ਨੂੰ ਐਡਿਕਟ ਬਣਾਇਆ ਜਾਂਦਾ ਜੀ ਐਡਿਕਟ ਬਣਾ ਕੇ ਗੁਲਾਮ ਕੀਤਾ ਜਾਂਦਾ ਜੇ ਮੈਂ ਗੁਲਾਮ ਸੀ ਤਾਂ ਮੈਂ ਬਥੇਰੇ ਪੋਲਿੰਗ ਬੂਥ ਤੋੜੇ ਆ ਚਿੱਟਾ ਪੀ ਕੇ ਸਮੈਗ ਪੀ ਕੇ ਮੈਂ ਤੇਰੇ ਪੋਲਿੰਗ ਬੂਥ ਤੋੜਿਆ ਤੇਰੀ ਜਗਾ ਮੰਤਰੀਆਂ ਦੀਆਂ ਸਪੋਟਾਂ 'ਚ ਗਏ ਆ ਸੀ ਜੇ ਅਸੀਂ ਇਹ ਯਾਦ ਅੱਜ ਮੈਨੂੰ ਕੋਈ ਕਹਦੇ ਮੈਂ ਲਾਈਟ ਤੱਕ ਨਹੀਂ ਤੋੜਦਾ ਪਿਉ ਨਹੀਂ ਤੋੜਦਾ ਕਿਉਂਕਿ ਮੈਂ ਕਲੀਨ ਆ ਮੇਰੇ ਚ ਉਹ ਭਾਵਨਾ ਚਲੀ ਗਈ ਆ ਕਿਉਂਕਿ ਉਦੋਂ ਦੱਸ ਅਸੀਂ ਗੁਲਾਮ ਸੀ ਨਸ਼ੇ ਦੇ ਗੁਲਾਮੀ ਦੇ ਵਿੱਚ ਸਰਕਾਰਾਂ ਸਾਡੇ ਤੋਂ ਕੰਮ ਲੈਂਦੀਆਂ ਮੰਤਰੀਆਂ ਨੇ ਲੈ ਲਏ ਐਮਐਲਏ ਨੇ ਲੈ ਲਏ ਠੀਕ ਆ ਜਿੰਨਾ ਚਿਰ ਇਹ ਕੰਮ ਕਰੀ ਜਾਂਦੇ ਠੀਕ ਆ ਮੋੜ ਕੇ ਸਾਨੂੰ ਕੱਢ ਕੇ ਬਾਹਰ ਮਾਰਦੇ ਆ ਮਤਲਬ ਜਵਾਨੀ ਨੂੰ ਵਰਤਿਆ ਜਾਂਦਾ ਪਹਿਲਾਂ ਗੁਲਾਮ ਬਣਾ ਕੇ ਮਾਨਸਿਕ ਤੌਰ ਤੇ ਸਰੀਰਕ ਤੌਰ ਦੇ ਉੱਤੇ ਵੀ ਜਿਹੜੇ ਤੁਹਾਡੇ ਨਾਲ ਦੇ ਕਿੰਨੇ ਕੁ ਦੋਸਤ ਹੋਣਗੇ ਜਿਹੜੇ ਅੱਜ ਦੁਨੀਆ ਵਿੱਚ ਹੀ ਨਹੀਂ ਰਹੇ ਸੀ ਨਸ਼ੇ ਦੇ ਕਰਕੇ ਘਟੋ ਘਟ ਪਾਜੀ ਸਾਡਾ ਗਰੁੱਪ ਸੀਗਾ 40 50 ਮੁੰਡਿਆਂ ਦਾ ਜਿਹਦੇ ਚ ਅਸੀਂ ਸਿਰਫ ਫਾਇਦੇ ਦੇ ਨਾਲ ਲਗਾ 6 ਕੇ 7 ਮੁੰਡੇ ਬਚੇ ਆ ਬਾਕੀ ਕੋਈ ਓਵਰਡੋਜ਼ ਨਾਲ ਕੋਈ ਐਕਸੀਡੈਂਟ ਨਾਲ ਕਹਿੰਦੇ ਸਪਰੇ ਪੀ ਲਈ ਹਨ ਐਡਿਕਸ਼ਨ ਜੀ ਚਲੇ ਗਏ ਇਸ ਦੁਨੀਆ ਤੋਂ ਜੀ ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਬੰਦੇ ਨਸ਼ੇੜੀ ਬਣ ਜਾਂਦੇ ਆ ਨਾ ਉਹ ਨਿਕਲਣਾ ਚਾਹੁੰਦੇ ਆ ਤੁਸੀਂ 15 16 ਸਾਲਾਂ ਦੇ ਵਿੱਚ ਸ਼ੁਰੂਆਤ ਤੋਂ ਲੈ ਕੇ ਕਦੋਂ ਸੋਚਿਆ ਕਿਹੜੇ ਦਿਨ ਸੋਚਿਆ ਕਿ ਨਹੀਂ ਮੇਰਾ ਇਹ ਰਾਹ ਹੀ ਨਹੀਂ ਹੈ ਮੈਂ ਛੱਡਣਾ ਚਾਹਣਾ ਕਿਹੜੇ ਦਿਨ ਬਾਹਰ ਆਏ ਨਿਕਲ ਕੇ ਭਾਜੀ ਤਕਲੀਫ ਸਾਨੂੰ ਵੀ ਹੁੰਦੀ ਸੀ ਜਦੋਂ ਅਸੀਂ ਯੂਜ਼ਿੰਗ ਦੇ ਵਿੱਚ ਸੀ ਸੀ ਇਹ ਖੁਦ ਦੇਖੋ ਕਿ ਜੇ ਅਸੀਂ ਆ ਘਰਾਂ ਸਾਡਾ ਘਰ ਸੀ ਹਨਾ ਅਸੀਂ ਆਪਦੇ ਘਰ ਦੇ ਵਿੱਚ ਸਾਡੀ ਚੀਜ਼ ਚੋਰੀ ਕਰਕੇ ਲੈ ਜਾਂਦੇ ਸੀ ਕਿਉਂ ਨਸ਼ੇ ਪਿੱਛੇ ਹਣਾ ਹਰੇਕ ਡਿਕਟ ਨਿਕਲਣਾ ਚਾਹੁੰਦਾ ਪਰ ਉਹਨਾਂ ਰਸਤਾ ਨਹੀਂ ਮਿਲਦਾ ਰਸਤਾ ਦੇ ਸਕਦੀ ਹੈ ਸਰਕਾਰਾਂ ਜੇ ਰਿਹਬਿਟੇਸ਼ਨ ਸੈਂਟਰਾਂ ਨੂੰ ਥੋੜਾ ਮੌਕਾ ਦੇਣ ਠੀਕ ਹੈ ਜੀ ਸੈਂਟਰਾਂ ਨੂੰ ਮੌਕਾ ਦੇਣ ਸੈਂਟਰ ਅੱਗੇ ਆਉਣ ਮੁੰਡੇ ਜਿਹੜੇ ਅਸੀਂ ਇੱਕ ਡਿਕਟ ਦੀ ਕਹਾਣੀ ਸਮਝ ਸਕਦੇ ਹਾਂ ਜੀ ਸਰ ਜੀ ਪਤਾ ਕੀ ਹੈ ਕਿ ਅਸੀਂ 16 ਸਾਲ ਦਿੱਤੇ ਉਸ ਚੀਜ਼ ਨੂੰ ਅਸੀਂ ਡਿਕਟ ਦੀ ਕਹਾਣੀ ਸਮਝ ਸਕਦੇ ਹਾਂ ਡਿਕਟ ਨੂੰ ਕੀ ਪ੍ਰੋਬਲਮ ਆ ਕੀ ਥੌਟ ਆ ਕਿੱਦਾਂ ਛੱਡ ਸਕਦਾ ਉਹ ਕੁੱਟਿਆਂ ਮਾਰਿਆਂ ਦਾ ਕੋਈ ਵੀ ਬੰਦਾ ਆਪਣੇ ਘਰਾਂ ਚ ਆਪਾਂ ਤਾੜ ਸਕਦੇ ਹਾਂ ਕੁੱਟ ਮਾਰ ਸਕਦੇ ਨਹੀਂ ਜੀ ਤੁਸੀਂ ਜਿਹੜਾ ਕਹਿ ਰਹੇ ਕੋਈ ਸਰਕਾਰ ਨੂੰ ਕੰਮ ਚਾਹੀਦਾ ਇੱਕ ਸੈਂਟਰ ਤੁਸੀਂ ਵੀ ਚਲਾ ਰਹੇ ਹੋ ਕਿ ਜਿਹਦੇ ਵਿੱਚ ਨਸ਼ੇ ਛੱਡ ਜਾਣ ਲੋਕ ਜਿਹੜੇ ਨੌਜਵਾਨ ਆਉਂਦੇ ਹੁਣ ਤੱਕ ਕਿੰਨੇ ਕ ਛੱਡ ਚੁੱਕੇ ਆ ਕਿੰਨੇ ਇਸ ਵੇਲੇ ਤੁਹਾਡੇ ਕੋਲ ਨੌਜਵਾਨ ਨੇ ਤੁਹਾਡੀ ਨਿਗਰਾਨੀ ਹੇਠ ਨਸ਼ਾ ਛੱਡ ਰਹੇ ਆ ਮੇਰੇ ਕੋਲੇ ਇਸ ਟਾਈਮ ਦੇ ਵਿੱਚ 35 36 ਮੁੰਡੇ ਹੈਗੇ ਮੇਰੇ ਰੈਬਿਟੇਸ਼ਨ ਸੈਂਟਰ ਦੇ ਵਿੱਚ ਘੱਟੋ ਘੱਟ ਮੇਰੇ ਕੋਲ 2 250 ਮੁੰਡਾ ਛੱਡ ਕੇ ਚਲਾ ਗਏ ਜਿਨ੍ਹਾਂ ਦੇ ਵਿੱਚ ਕੁਝ ਮੁੰਡੇ ਫੋਰਮ ਚ ਚਲੇ ਗਏ ਕੁਝ ਮੁੰਡੇ ਇੱਥੇ ਆਪਦਾ ਜੀਵਨ ਵਧੀਆ ਸੱਟ ਬਿਜ਼ਨਸ ਕਰੀ ਬੈਠੇ ਆ ਵਧੀਆ ਆਪਦੀ ਲਾਈਫ ਜੀ ਰਹੇ ਆ ਜੀ ਹੂੰ ਬਹੁਤ ਵਾਰੀ ਇਹ ਵੀ ਆਉਂਦਾ ਹੈ ਨਾ ਸੁਣਨ ਦੇ ਵਿੱਚ ਕਿ ਜਿਹੜੇ ਇਸ ਤਰ੍ਹਾਂ ਦੇ ਪ੍ਰਾਈਵੇਟ ਸੈਂਟਰ ਖੋਲ ਲਏ ਜਾਂਦੇ ਆ ਜਿਹੜੇ ਪਹਿਲਾਂ ਨਸ਼ੇ ਦੇ ਵਿੱਚ ਰਹੇ ਹੋਣ ਬਾਅਦ ਵਿੱਚ ਉਹਨਾਂ ਤੇ ਯਕੀਨ ਵੀ ਕੋਈ ਘੱਟ ਹੀ ਕਰਦਾ ਔਰ ਲਈ ਤੁਹਾਨੂੰ ਇੱਕ ਨਾ ਇਸ ਤਰ੍ਹਾਂ ਦਾ ਚਰਿੱਤਰ ਬਣਾਉਣਾ ਪੈਂਦਾ ਕਿ ਤੁਸੀਂ ਕੋਈ ਗੱਲ ਕਹੋ ਤੇ ਯਕੀਨ ਕਰੋ ਤੁਹਾਨੂੰ ਕਿੰਨਾ ਕੌਖਾ ਲੱਗਿਆ ਕਿ ਯਾਰ ਮੈਂ ਪਹਿਲਾਂ ਵਾਲਾ ਨਹੀਂ ਰਿਹਾ ਅੱਜ ਮੈਂ ਹੋਰ ਹ ਨਹੀਂ ਸਾਨੂੰ ਉਹਨਾਂ ਚੀਜ਼ਾਂ ਦਾ ਅੱਜ ਵੀ ਸਾਹਮਣਾ ਕਰਨਾ ਪੈਂਦਾ ਜੀ ਉਹਨਾਂ ਚ ਜੱਜ ਵੀ ਕਹਿ ਦਿੰਦੇ ਆ ਇਹ ਆਰ ਚਿੱਟਾ ਛੱਡ ਕੇ ਫੀਮ ਖਾ ਲੈਂਦਾ ਹੁਣਾਂ ਸਵੇਰ ਥੋੜੀ ਜਿਹੀ ਹਨ ਉਹ ਤੋਂ ਅਸੀਂ ਇੱਕ ਹਨਾ ਐਡਿਕਟ ਦੀ ਮੋਹਰ ਲਾਈ ਹੋਈ ਅਸੀਂ ਆਪਦੇ ਉੱਪਰ ਉਹਨੂੰ ਧੋਨ ਚ ਟਾਈਮ ਲੱਗੇਗਾ ਤਾਂ 7 ਸਾਲ ਹੋਇਆ ਕਿ ਜੇ 16 ਸਾਲ ਐਡਿਕਸ਼ਨ ਚ ਰਹੇ ਆ ਤਾਂ ਫਿਰ ਮੰਨ ਕੇ ਚੱਲੋ ਕਿ ਡਬਲ ਕਰੋ ਜੀ ਹੁਣ ਤੁਸੀਂ ਇਸ ਵਕਤ ਅੱਜ ਜਦੋਂ ਸਾਡੇ ਕੋਲ ਖੜੇ ਹੋ ਅੱਜ ਕਿਹੜਾ ਨਸ਼ਾ ਕੀਤਾ ਬਿਲਕੁਲ ਵੀ ਨਹੀਂ ਚਾ ਵੀ ਨਹੀਂ ਪੀਂਦਾ ਮੈਂ ਅੱਜ ਦੇ ਦਿਨਾਂ ਦਾ ਜੀ ਹਾਂਜੀ ਹਾਂਜੀ ਮਤਲਬ ਨਸ਼ਾ ਬਿਲਕੁਲ ਛੱਡ ਚੁੱਕਾ ਹਾਂਜੀ ਬਿਲਕੁਲ ਵੀ ਭਾਈ ਬਿਲਕੁਲ 7 ਸਾਲ ਹੋ ਗਏ ਕਦੇ ਸਮੋਕਿੰਗ ਵੀ ਨਹੀਂ ਕਰਕੇ ਦੇਖੀ ਹੋਰ ਤਾਂ ਨਸ਼ੇ ਦੀ ਪਰ ਯਕੀਨ ਕਰਨਾ ਔਖਾ ਹੋ ਜਾਂਦਾ ਹੈ ਕਿ ਜਿਨ੍ਹਾਂ ਨੇ ਇੰਨੇ ਨਸ਼ੇ ਕੀਤੇ ਹੁਣ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੋਵੇ ਇੱਕਦਮ ਸਾਫ਼ ਸੁਥਰੇ ਕਿਵੇਂ ਬਣ ਗਏ ਉਹ ਅੱਜ ਕਿਵੇਂ ਕਹਿੰਦੇ ਆ ਕਿ ਅਸੀਂ ਕੁਝ ਵੀ ਨਹੀਂ ਕਰਦੇ ਪਾਜੀ ਵਾਰਦਾਤ ਤਾਂ ਡਿਕਸ਼ਨ ਕਰਵਾਉਂਦੀ ਆ ਨਸ਼ਾ ਕਰਵਾਉਂਦਾ ਬੰਦੇ ਤੋਂ ਬੰਦਾ ਤੁਸੀਂ ਇਹ ਦੇਖਿਓ ਜਿਹੜਾ ਐਡਿਕਟ ਹੋਗਾ ਉਹਦੀ ਕਹਾਣੀ ਕਦੇ ਤੁਸੀਂ ਉਹਦੇ ਪਰਿਵਾਰ ਤੋਂ ਉਹਦੇ ਪਿੰਡ ਤੋਂ ਪੁੱਛਿਓ ਹੂੰ ਠੀਕ ਹੈ ਜੀ ਸਭ ਤੋਂ ਇਮੋਸ਼ਨਲ ਬੰਦਾ ਹੋਏਗਾ ਹਨਾ ਜਿਹੜਾ ਐਡਿਕਸ਼ਨ 'ਚ ਜਾਂਦਾ ਸਭ ਤੋਂ ਵਧੀਆ ਬੰਦਾ ਹੋਏਗਾ ਉਹ ਪਿੰਡ ਦੇ ਵਿੱਚ ਹਰ ਦੇ ਦੁੱਖ 'ਚ ਦੁੱਖੀ ਹੋਣ ਵਾਲਾ ਬੰਦਾ ਹੋ ਖੁਸ਼ੀ 'ਚ ਖੁਸ਼ ਹੋਣ ਵਾਲਾ ਬੰਦਾ ਹੋ ਇਮੋਸ਼ਨਲ ਪਰ ਉਹਨਾਂ ਦਾ ਐਡਿਕਸ਼ਨ 'ਚ ਲੈ ਜਾਂਦਾ ਜੀ ਉਹਨਾਂ ਨੂੰ